ਗੰਨੇ ਦੀ ਪੇਮੈਂਟ ਦਾ ਥੋੜਾ ਤੁਸੀਂ ਦੇਖ ਹੀ ਲੈ, ਕਿਸਾਨ ਕਿਵੇਂ ਸੜਕਾਂ ਤੇ ਉਤਰੇ ਹੋਏ ਨੇ। ਤਿੰਨ ਮਹੀਨੇ ਕਾਂਗਰਸੀ ਨੇਤਾਵਾਂ ਨੂੰ ਨਹੀਂ ਕਰਨ ਦੇਵਾਂਗੇ ਚੋਣ ਪ੍ਰਚਾਰ, ਇਹ ਕਹਿਣਾ ਹੈ ਗੰਨਾ ਕਿਸਾਨਾਂ ਦਾ। ਹੁਣ ਜਦ ਚੁਣਾਵੀ ਮੌਸਮ ਪੂਰੇ ਸ਼ਿਖਰ ਤੇ ਹੈ, ਇੱਕ ਵਾਰ ਫੇਰ ਤੋਂ ਗੰਨਾ ਕਿਸਾਨਾਂ ਨੇ ਆਪਣੀ ਬਕਾਇਆ ਰਕਮ ਮਿਲਣ ਦੀ ਆਸ ਵਿੱਚ ਡੰਕਾ ਵਜਾਉਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਕਿਸਾਨਾਂ ਨੇ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਗੰਨਾ ਕਿਸਾਨਾਂ ਨੂੰ ਉਹਨਾਂ ਦੇ ਪੈਸੇ ਨਹੀਂ ਮਿਲੇ ਤਾਂ ਉਹ ਕਾਂਗਰਸੀ ਨੇਤਾਵਾਂ ਨੂੰ ਪ੍ਰਚਾਰ ਨਹੀਂ ਕਰਨ ਦੇਣਗੇ। ਗੰਨੇ ਦੀ ਪੇਮੈਂਟ ਦਾ ਥੋੜਾ ਤੁਸੀਂ ਦੇਖ ਹੀ ਲੈ, ਕਿਸਾਨ ਕਿਵੇਂ ਸੜਕਾਂ ਤੇ ਉਤਰੇ ਹੋਏ ਨੇ। ਤਿੰਨ ਮਹੀਨੇ ਹੋ ਗਏ ਇਹਨਾਂ ਨੂੰ ਤੋਰੀ ਫਿਰਦਿਆਂ ਨੂੰ, ਐਵੇਂ ਹੀ ਵਿਸ਼ਵਾਸ ਦਵਾ ਦਵਾ ਕੇ। ਪਹਿਲਾਂ ਤਾਂ ਸਾਡੇ ਨਾਲ ਐਮਐਲਏ ਨੇ ਧੋਖਾ ਕਰਿਆ, ਇੱਥੋਂ ਦੇ ਨੇ ਜਿਹੜਾ ਇਹਨਾਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਆ ਉਹਦੇ ਨਾਲ ਐਸਡੀਐਮ ਨੇ, ਉਸ ਤੋਂ ਬਾਅਦ ਡੀਸੀ ਨੇ, ਸਾਰਾ ਪ੍ਰਸ਼ਾਸਨ, ਮਤਲਬ ਪ੍ਰਸ਼ਾਸਨ ਨੂੰ ਇਹ ਨਚਾ ਰਹੀ ਆ ਸਰਕਾਰ। ਪ੍ਰਸ਼ਾਸਨ ਤੋਂ ਮਤਲਬ ਸਾਡੇ ਨਾਲ ਵਾਅਦੇ ਕਰਾ ਕਰਾ, 10 ਦਿਨ ਹਫ਼ਤਾ 10 ਦਿਨ ਐਵੇਂ ਕਰਕੇ ਵੀ ਅੱਜ ਮਜਬੂਰ ਹੋ ਕੇ, ਸਾਨੂੰ ਅਸੀਂ ਅੱਜ ਤੱਕ ਉੱਠੇ ਨਹੀਂ ਤੇ ਮਜਬੂਰ ਹੋ ਕੇ ਤੇ ਵਿਰੋਧ ਵਾਸਤੇ ਤੁਰਨਾ ਪੈ ਗਿਆ। ਸੋ ਅੱਜ ਅਸੀਂ ਤੁਰ ਪਏ, ਹੁਣ ਇਹ ਜਿੱਥੇ ਵੀ ਜਾਇਆ ਕਰੂਗਾ ਇਹਦੇ ਨਾਲ ਹੀ ਚੱਲਿਆ ਕਰਾਂਗੇ, ਨਾਲ ਇਹਦਾ ਹੌਸਲਾ ਬਣਿਆ ਰਹੂ ਵੀ ਮੇਰੇ ਵੋਟਰ ਬਹੁਤ ਨੇ, ਜਿਹੜੇ ਪਿੰਡ ਦਾ ਪ੍ਰੋਗਰਾਮ ਹੋਇਆ ਕਰੂ ਅਸੀਂ ਇਹਦੇ ਨਾਲ ਹੀ ਚੱਲਿਆ ਕਰਾਂਗੇ, ਚਾਹੇ ਮਗਰ ਜਾਂ ਮੂਹੇ। ਵੀ ਮੇਰੀ ਬੇਨਤੀ ਆ, ਜਦ ਤਾਂ ਇਹਨਾਂ ਨਾਲ ਬਹਿ ਕੇ ਗੱਲ ਕਰਕੇ ਇਹਨਾਂ ਦੇ ਪੈਸੇ ਦਵਾ ਦੇ, ਇਹ ਪੈਸੇ ਦਵਾ ਸਕਦਾ, ਸਾਰਾ ਕੁਛ ਇਹਦੇ ਕੋਲੇ ਆ, ਕੈਪਟਨ ਇਹਦੀ ਸੱਚੀ ਵਾ, ਇਹ ਮਤਲਬ ਸਾਰੇ ਠੱਗ ਇਕੱਠੇ ਹੋਏ ਹੋਏ ਨੇ, ਜਾਂ ਤਾਂ ਇਹਨਾਂ ਦੇ ਪੈਸੇ ਦਵਾ ਦੇ, ਨਹੀਂ ਫਿਰ ਮਤਲਬ ਫਿਰ ਚੱਲਾਂਗੇ ਅਸੀਂ। ਅਸੀਂ ਚੋਣ ਕੰਪੇਨ ਨਹੀਂ ਕਰਦੇ, ਹਾਂ ਚੋਣ ਕੰਪੇਨ ਨਹੀਂ ਅਸੀਂ ਕਰਨ ਦਿੰਦੇ, ਅਸੀਂ ਤਾਂ ਅਸੀਂ ਚੱਲਾਂਗੇ ਜਿਵੇਂ ਬਸ ਅੱਜ ਸਟਾਰਟ ਹੋ ਗਿਆ ਕੰਮ। ਕਾਂਗਰਸੀਆਂ ਨੂੰ ਵੀ ਆਪਣੇ ਚੋਣ ਪ੍ਰਚਾਰ ਖਰਾਬ ਹੋਣ ਦੀ ਚਿੰਤਾ ਲਗਾਤਾਰ ਸਤਾ ਰਹੀ ਹੈ, ਜਿਸ ਦੇ ਚਲਦੇ ਸੋਸ਼ਲ ਮੀਡੀਆ ਤੇ ਜਾਰੀ ਇੱਕ ਵੀਡੀਓ ਵਿੱਚ ਪ੍ਰਦਰਸ਼ਨਕਾਰੀ ਕਿਸਾਨ ਕਾਂਗਰਸੀ ਨੇਤਾਵਾਂ ਨਾਲ ਗੱਲ ਕਰਦੇ ਵੀ ਵਿਖਾਈ ਦੇ ਰਹੇ ਨੇ। ਕਾਂਗਰਸ ਸਰਕਾਰ ਮੁਰਦਾਬਾਦ, ਕਾਂਗਰਸ ਸਰਕਾਰ ਮੁਰਦਾਬਾਦ, ਇੱਥੋਂ ਦਾ ਪ੍ਰਸ਼ਾਸਨ ਮੁਰਦਾਬਾਦ, ਕੰਨੇ